ਬਿਲਕੁਲ ਤੁਸੀਂ ਕੰਟੀਨਿਊ ਰੱਖੋ ਜੀ ਆਪਣੇ ਕੋਲ ਸਮਾਂ ਜਿਹੜਾ ਸੀਮਤ ਹੈ ਉਸ ਤੋਂ ਬਾਅਦ ਮਾਨ ਸਾਹਿਬ ਦੇ ਬਿਆਨ ਵੀ ਨੇ ਆਏ ਨੇ ਮਾਨ ਸਾਹਿਬ ਨੇ ਵੀ ਕੁਝ ਨਹੀਂ ਕਿਹਾ ਇਸ ਵਿਸ਼ੇ ਦੇ ਉੱਤੇ ਜ਼ਿਆਦਾ ਮਾਨ ਸਾਹਿਬ ਨੇ ਤੇ ਇਹਨੇ ਕਿਹਾ ਵੀ ਅਸੀਂ 2018 'ਚ ਇੱਕ ਚਿੱਠੀ ਲਿਖੀ ਸੀਗੀ ਜਿਹਦਾ ਚਿੱਠੀ ਦਾ ਜਵਾਬ ਜਿਹੜਾ ਆ ਉਹ ਅੱਜ ਤੱਕ ਸਾਨੂੰ ਨਹੀਂ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਤਾਂ ਜ਼ਿਆਦਾ ਇਸ ਬਾਰੇ ਕੁਛ ਵੀ ਨਹੀਂ ਲਿਖਿਆ ਹੈਗਾ ਅਤੇ ਉਸ ਤੋਂ ਇਲਾਵਾ ਇਹਦੇ 'ਚ ਜਿਹੜੇ ਇੱਕ ਹੋਰ ਨਾਂ ਆ ਚੰਨਣ ਸਿੰਘ ਸਿੱਧੂ ਆ ਸਿਰੇ ਪੰਜਾਬ ਪਾਰਟੀ ਦੇ ਜਿਹੜੇ ਉਹ ਮੇਰੇ ਖਿਆਲ 'ਚ ਨਵੀਂ ਪਾਰਟੀ ਕੋਈ ਝਾੜੂ ਵਾਲਿਆਂ ਤੋਂ ਬਾਅਦ ਜੀ ਵਨ ਮੈਨ ਆਰਮੀ ਹੈਗੀ ਹੈ ਜੀ ਪਾਰਟੀ ਤੋਂ ਉਹਨਾਂ ਨੇ ਦੇ ਐਕੋਡ ਚੀਮਾ ਸਟੇਟਮੈਂਟ ਵੀ ਉਹਨਾਂ ਨੇ ਐਕੋ ਤੋਂ ਭਾਵ ਉਹਨਾਂ ਨੇ ਹਾਂ 'ਚ ਹਾਂ ਮਿਲਾਈ ਆ ਚੀਮਾ ਭਾਜੀ ਦੀ ਸਟੇਟਮੈਂਟ ਦੇ ਵਿੱਚ ਜਾਂ ਹੋਰ ਦੇ ਵਿੱਚ ਵੀ ਹਾਂਜੀ ਹਾਂਜੀ ਵੀ ਅਸੀਂ ਇਹਨਾਂ ਦੀਆਂ ਸਟੇਟਮੈਂਟਾਂ ਦੇ ਨਾਲ ਜੋ ਹਰਪਾਲ ਸਿੰਘ ਚੀਮਾ ਨੇ ਕਿਹਾ ਆ ਅਸੀਂ ਸਹਿਮਤ ਹਾਂ ਹਨਾ ਤੋ ਉਹ ਕਹਿੰਦੇ ਜੀ ਖਾਲਿਸਤਾਨ ਦੀ ਕੰਪੇਨ ਜਿਹੜੀ ਆ ਇਹ ਇਹਨੂੰ ਇੰਡੀਆ ਹੀ ਰਨ ਕਰਦਾ ਪਿਆ ਹਨਾ ਜੀ ਤਾਂ ਕਿ ਸਟੇਟ ਸੈਂਟਰਲ ਗੌਰਮੈਂਟ ਰਨ ਕਰਦੀ ਪਈ ਆ ਤਾਂ ਕਿ ਪੰਜਾਬ ਦੇ ਹਿੰਦੂਆਂ ਨੂੰ ਰਾ ਕੇ ਧਮਕਾ ਕੇ ਉਹਨਾਂ ਦੀਆਂ ਵੋਟਾਂ ਲਈਆਂ ਜਾਣ ਸੋ ਇਹ ਦੱਸਣਾ ਵੀ ਜ਼ਰੂਰੀ ਆ ਵੀ ਖਾਲਿਸਤਾਨ ਦੀ ਕੰਪੇਨ ਨੂੰ ਇੰਡੀਆ ਰਨ ਕਰਦਾ ਆ ਜਾਂ ਸੰਤ ਭਿੰਡਰਾਂ ਵਾਲੇ ਕਾਂਗਰਸੀ ਸੀਗੇ ਇਹ ਤਾਂ ਬੜੀਆਂ ਪੁਰਾਣੀਆਂ ਸਟੇਟਮੈਂਟਾਂ ਨੇ ਜਿਹਦੀ ਕੋਈ ਵੈਲਿਊ ਨਹੀਂ ਰਹਿੰਦੀ ਹੁੰਦੀ ਹੈ ਨਾ ਸਿੰਘਾਂ ਨੇ ਸੰਘਰਸ਼ ਲਿਖਿਆ ਲੜਿਆ 1.5 ਲੱਖ ਸਿੰਘ ਸਿੰਘ ਸ਼ਹੀਦ ਹੋਏ ਆ ਉਹ ਦਿੱਲੀ ਦੇ ਕਹਿਣ 'ਤੇ ਸ਼ਹੀਦ ਨਹੀਂ ਹੋਏ ਉਹ ਪੰਜਾਬ ਦੀ ਆਜ਼ਾਦੀ ਦੇ ਲਈ ਸ਼ਹੀਦ ਹੋਏ ਨੇ ਤੋ ਇਹ ਚੰਨਣ ਸਿੰਘ ਸਿੱਧੂ ਜਿਹੜੀ ਨਵੀਂ ਪਾਰਟੀ ਇਹਨਾਂ ਨੇ ਟਰਾਈ ਕੀਤੀ ਹੈ ਵੀ ਸ਼ਾਇਦ ਵੋਟਾਂ ਲੈਣੀਆਂ ਚਾਹੁੰਦੇ ਨੇ ਇਹਨਾਂ ਨੂੰ ਮੁਬਾਰਕ ਆ ਪਰ ਲੋਕਾਂ ਨੂੰ ਪਤਾ ਜਿਹਨਾਂ ਨੇ ਅਸੀਂ ਹਿੱਕਾਂ 'ਚ ਗੋਲੀਆਂ ਖਾਧੀਆਂ ਨੇ ਇਹ ਇੰਡੀਆ ਦੀ ਕੰਪੇਨ ਨਹੀਂ ਇਹ ਪੰਜਾਬ ਦੀ ਆਜ਼ਾਦੀ ਦੀ ਕੰਪੇਨ ਆ ਜੀ ਬਿਲਕੁਲ ਜੀ ਜਿਹੜੀ ਗੱਲਬਾਤ ਹਰਪਾਲ ਸਿੰਘ ਚੀਮਾ ਹੁਣਾਂ ਨੇ ਕਹੀ ਹੈ ਕਿ ਭਾਵੇਂ ਦਲ ਖਾਲਸਾ ਜਿਹੜਾ ਆ ਉਹ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਵੋਟਾਂ ਦੇ ਵਿੱਚ ਭਾਗ ਨਹੀਂ ਲੈਂਦਾ ਪਰ ਉਹ ਕਹਿੰਦੇ ਨੇ ਕਿ ਇਹ ਰੈਫਰੈਂਡਮ ਜਿਹੜਾ ਕਿਸ ਤਰ੍ਹਾਂ ਹੋ ਸਕਦਾ ਹੈ ਨੋਨ ਬਾਈਂਡਿੰਗ ਰੈਫਰੈਂਡਮ ਨੂੰ ਕੋਈ ਵੀ ਮਾਨਤਾ ਜਿਹੜੀ ਨਹੀਂ ਦਿੱਤੀ ਜਾਂਦੀ ਤਾਂ ਰੈਫਰੈਂਡਮ ਜਿਹੜਾ ਕਰਾਇਆ ਜਾਂਦਾ ਹੈ ਉਹ ਪੰਜਾਬ ਜਾਂ ਤਾਂ ਸਟੇਟ ਕਰਾ ਸਕਦੀ ਹੈ ਜਾਂ ਭਾਰਤ ਦੀ ਸਰਕਾਰ ਕਰਾ ਸਕਦੀ ਹੈ ਸੋ ਜੇ ਆਪਾਂ ਇਲੈਕਸ਼ਨ ਦੇ ਵਿੱਚ ਭਾਗ ਹੀ ਨਹੀਂ ਰਹੇ ਆਪਾਂ ਰਿਪ੍ਰੈਜੈਂਟੇਟਿਵ ਬਣ ਹੀ ਨਹੀਂ ਰਹੇ ਤਾਂ ਇਹ ਫਿਰ ਕੁਐਸਚਨੇਬਲ ਜ਼ਰੂਰ ਬਣ ਜਾਂਦਾ ਹੈ ਕਿ ਮੋਦੀ ਹੁਣੀ ਰੈਫਰੈਂਡਮ ਕਰਾਉਣਗੇ ਜਾਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਰੈਫਰੈਂਡਮ ਕਰਾਏਗਾ ਜਾਂ ਪ੍ਰਕਾਸ਼ ਸਿੰਘ ਬਾਦਲ ਰੈਫਰੈਂਡਮ ਕਰਾਏਗਾ ਜਾਂ ਝਾੜੂ ਵਾਲੇ ਰੈਫਰੈਂਡਮ ਕਰਾਉਣਗੇ ਜਾਂ ਹੋਰ ਕੋਈ ਧਿਰ ਜਿਹਨਾਂ ਦੇ ਆਲੇ ਦੁਆਲੇ ਤਿਰੰਗਾ ਲਪੇਟਿਆ ਗਿਆ ਉਹ ਰੈਫਰੈਂਡਮ ਕਰਾਉਣਗੇ ਜਾਂ ਫਿਰ ਅੱਜ ਸਿੱਖ ਕੌਮ ਆਪਣਾ ਰੈਫਰੈਂਡਮ ਖੁਦ ਕਰਾਏਗੀ ਉਹਦੇ 'ਚ ਆਰਟੀਕਲ ਦੇ ਬਾਅਦ ਇੱਕ ਹੋਰ ਸ਼ਖਸੀਅਤ ਦਾ ਨਾਂ ਆਉਂਦਾ ਹੈ ਉਹਦਾ ਨਾਂ ਹੈ ਮਨਜੀਤ ਸਿੰਘ ਭੂਮਾ ਜਿਹੜੇ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉਹਦੇ ਸਰਪ੍ਰਸਤ ਨੇ ਤੇ ਉਹਨਾਂ ਨੇ ਉਹ ਕਹਿੰਦੇ ਜੀ ਮੈਨੂੰ ਬੜੀ ਹੈਰਾਨੀ ਹੋਈ ਹੈ ਜਦੋਂ ਉਹਨਾਂ ਨਾਲ ਗੱਲਬਾਤ ਕਾਰਾਵਾਨ ਮੈਗਜ਼ੀਨ ਕੀਤੀ ਵੀ ਮਾਨ ਦਲ ਦਾ ਅਤੇ ਦਲ ਖਾਲਸਾ ਦਾ ਪੰਨੂ ਐਸਐਫ ਦੇ ਨਾਲ ਕੋਈ ਲਿੰਕ ਨਹੀਂ ਰਹੇ ਮੈਂ ਸਰਪ੍ਰਾਈਜ਼ ਹਾਂ ਅਤੇ ਮੈਨੂੰ ਲੱਗਦਾ ਸੀ ਇਹ ਲਿੰਕ ਹੋਊਗਾ ਅਤੇ ਜਥੇਬੰਦੀ ਹੈਗੀ ਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ AISSF ਉਹਦਾ ਮਨਜੀਤ ਸਿੰਘ ਭੂਮਾ ਜਿਹੜੇ ਨੇ ਉਹ ਇਸ ਵਕਤ ਕਰਤਾ ਧਰਤਾ ਨੇ ਉਹ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਕੋਈ ਖਾਲਿਸਤਾਨ ਦੀ ਮੰਗ ਨਹੀਂ ਜੀ ਕੋਈ ਸਿੱਖ ਜਿਹੜਾ ਉਹ ਖਾਲਿਸਤਾਨ ਦੀ ਮੰਗ ਨਹੀਂ ਕਰਦਾ ਜਥੇਬੰਦੀ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਦੀ ਹੋਵੇ ਅਤੇ ਉਹਨਾਂ ਦੇ ਉਹ ਪਹਿਲੇ ਸਰਪ੍ਰਸਤ ਹੋਣ ਅਤੇ ਉਸ ਤੋਂ ਬਾਅਦ ਜਥੇਬੰਦੀਆਂ ਕਈ ਬਣਦੀਆਂ ਗਈਆਂ ਪਰ ਜਦੋਂ ਆਲ ਇੰਡੀਆ ਸਿੱਖ ਫੈਡਰੇਸ਼ਨ ਦਾ ਨਾਂ ਆਉਂਦਾ ਅਤੇ ਉਹਦਾ ਬਾਬਾ ਭਾਈ ਅਮਰੀਕ ਸਿੰਘ ਜਿੱਤੇ ਜਾਂਦਾ ਅਤੇ ਉਹ ਭੋਮੇ ਨੇ ਕਿਹਾ ਜੀ ਇੱਥੇ ਕੋਈ ਸਿੱਖ ਖਾਲਿਸਤਾਨੀ ਨਹੀਂ ਚਾਹੁੰਦਾ ਅਤੇ ਉਹਨਾਂ ਨੇ ਅੱਗੇ ਕਿਹਾ ਜੀ ਦ ਮਦਰ ਲੂਜ਼ਿੰਗ ਦੇ ਸੰਸ ਬਿਕੋਜ਼ ਆਫ ਸੱਚ ਮੋਨੀਟਰੀ ਆਫਰਸ ਉਹ ਕਹਿੰਦੇ ਪੰਜਾਬ ਦੀਆਂ ਮਾਵਾਂ ਦੇ ਪੁੱਤ ਮਾਵਾਂ ਕੋਲੋਂ ਵਿਛੜ ਰਹੇ ਨੇ ਬਿਕੋਜ਼ ਪੰਨੂ ਜਿਹੜਾ ਆ ਉਹ ਮਨੀ ਆਫਰ ਕਰ ਰਿਹਾ ਹੈ ਜੀ ਮੈਨੂੰ ਨਹੀਂ ਲੱਗਦਾ ਕੋਈ ਪੰਜਾਬ ਦੀ ਮਾਂ ਦਾ ਪੁੱਤ ਜਿਹੜਾ ਮਾਵਾਂ ਕੋਲੋਂ ਵਿਛੜ ਰਿਹਾ ਆ ਜੇ ਵਿਛੜੇ ਨੇ ਤਾਂ ਪਿਛਲੇ 30 ਦਿਨਾਂ ਦੇ ਵਿੱਚ ਆਲਮੋਸਟ 250 ਕਿਸਾਨ ਜਿਹੜੇ ਨੇ ਆਪਣੇ ਧੀਆਂ ਪੁੱਤ ਛੱਡ ਕੇ ਚਲੇ ਗਏ ਨੇ ਜਿਹਦੀ ਕਿ ਭੋਮਾ ਸਾਹਿਬ ਦੀ ਜਿਹੜੀ ਕਿ ਜਿਹਦੀ ਸੰਵਿਧਾਨ ਥੱਲੇ ਇਹ ਲਾਈਕ ਕਰਦੇ ਨੇ ਰਹਿਣਾ ਇੰਡੀਆ ਦੀ ਗੌਰਮੈਂਟ ਦੇ ਥੱਲੇ ਉਹਨਾਂ ਦੀਆਂ ਪਾਲਿਸੀਆਂ ਕਰਕੇ 250 ਕਿਸਾਨ ਮਰਿਆ ਆ ਅਤੇ ਪਿਛਲੇ ਵੀਕ ਇੱਕ ਸਿੱਖ ਆਪਣੇ 3 ਬੱਚਿਆਂ ਨੂੰ ਛੋਟੇ ਛੋਟੇ 2 ਸਾਲ 3 ਸਾਲ ਅਤੇ 6 ਸਾਲ ਦਿਆਂ ਨੂੰ ਸੂਸਾਈਡ ਕਰ ਗਿਆ ਆ ਉਹ ਬਿਕੋਜ਼ ਆਫ ਭਾਈ ਭੋਮਾ ਦੀ ਜਿਹੜੀ ਜਿਹੜੀ ਇਹਨਾਂ ਜਿਨ੍ਹਾਂ 'ਚ ਇਹਨਾਂ ਦੀ ਆਸਥਾ ਆ ਜਿਨ੍ਹਾਂ 'ਚ ਵਿਸ਼ਵਾਸ ਆ ਭਾਰਤੀ ਸਰਕਾਰ ਉਹਨਾਂ ਦੀਆਂ ਪਾਲਿਸੀਆਂ ਦੇ ਕਰਕੇ ਹੀ ਜਿਹੜੇ ਨੇ ਮਾਵਾਂ ਕੋਲੋਂ ਪੁੱਤ ਵਿਛੜੇ ਨੇ ਨਾ ਕਿ SFJ ਵੱਲੋਂ ਅਤੇ ਈਵਨ ਭਾਈ ਭੋਮਾ ਕਹਿੰਦੇ ਵੀ ਪੰਨੂ ਦਾ ਖਾਲਿਸਤਾਨ ਸੰਘਰਸ਼ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਪੰਨੂ ਜਿਹੜਾ ਈਵਨ ਕਿ ਸਿੱਖ ਵੀ ਨਹੀਂ ਲੱਗਦਾ ਜੀ
ਉਹਨਾਂ ਦਾ ਰਾਈਟ ਆ ਕਿਸੇ ਨੂੰ ਸਰਟੀਫਿਕੇਟ ਦੇਣਾ ਵੀ ਸਿੱਖ ਲੱਗੇ ਜਾਂ ਨਾ ਲੱਗੇ ਉਹ ਦੇ ਸਕਦੇ ਬਿਲਕੁਲ। ਪਰ ਸਾਡਾ ਭਾਈ ਭੋਮਾ ਜੀ ਨੂੰ ਦੱਸਣਾ ਚਾਹੁੰਦੇ ਹਾਂ ਵੀ ਭਾਅ ਜੀ ਜਿਹੜਾ ਤੁਸੀਂ ਜਿੰਨੇ ਮਰਜ਼ੀ ਇੰਡੀਆ ਦੇ ਪ੍ਰੋ ਬਣ ਜਾਓ ਜਿੰਨੇ ਮਰਜ਼ੀ ਤੁਸੀਂ ਉਹਦੇ ਸਕੇ ਬਣ ਜਾਓ, ਪਰ ਜਦੋਂ ਦਿੱਲੀ ਵਾਂਗ ਗਲਾਂ 'ਚ ਟਾਇਰ ਪਾਉਣ ਦੀ ਵਾਰੀ ਆਉਣੀ ਆ, ਜਦੋਂ ਜਗਜੀਤ ਸਿੰਘ ਅਰੋੜੇ ਵਰਗੇ ਗਿਆਨੀ ਜੈਲ ਸਿੰਘ ਵਰਗੇ ਗੱਡੀਆਂ 'ਚ ਪੱਗਾਂ ਲਾ ਕੇ ਜਿਹੜੇ ਉਹ ਭੱਜੇ ਸੀਗੇ, ਅਤੇ ਜੇ ਇੱਦਾਂ ਦੇ ਹਾਲਾਤ ਬਣੇ ਤਾਂ ਤੁਸੀਂ ਉੱਥੇ ਭੋਮਾ ਭਾਅ ਜੀ ਉੱਥੇ ਧਰਤੀ 'ਤੇ ਹੋਵੋ ਅਤੇ ਗਲ 'ਚ ਟਾਇਰ ਸਭ ਤੋਂ ਪਹਿਲਾਂ ਤੁਸੀਂ ਪਾਉਣਾ ਆ। ਤੁਸੀਂ ਬੇਸ਼ੱਕ ਉਹਨਾਂ ਨੂੰ ਕਹੋ ਕਹੀ ਜਾਓ ਜੀ ਕਾਰਾਵਾਨ ਮੈਗਜ਼ੀਨ ਦਾ ਆਰਟੀਕਲ ਪੜ੍ਹ ਕੇ ਦੇਖ ਲਓ, ਮੈਂ ਤਾਂ ਪੰਨੂ ਦੇ ਖਿਲਾਫ ਹਾਂ। ਜੇ ਡੋਂਟ ਕੇਅਰ ਯੂ ਵਿਲ ਬੀ ਦਾ ਫਸਟ ਪਰਸਨ ਵਿਲ ਬੀ ਬਰਨ ਟੂ ਡੈਥ ਜੇ ਜੈਨੋਸਾਈਡ ਹੋਈ ਅਤੇ ਜਿੱਥੇ ਤੁਹਾਨੂੰ ਸਿੱਖ ਮਿਲਿਆ ਅਤੇ ਉਹਨਾਂ ਨੇ ਤੁਹਾਨੂੰ ਬਰਨਾ। ਤੇ ਜਿਹੜੇ ਇਹ ਤੁਸੀਂ ਸਰਟੀਫਿਕੇਟ ਚੱਕੀ ਕਰਦੇ ਹੋ ਵੀ ਕੋਈ ਸਿੱਖ ਲੱਗਦਾ ਆ ਕੋਈ ਪੰਨੂ ਸਿੱਖ ਨਹੀਂ ਲੱਗਦਾ ਆ, ਤੋ ਇਹਨਾਂ ਸਰਟੀਫਿਕੇਟਾਂ ਦੀ ਤੁਹਾਨੂੰ ਮੁਬਾਰਕਾਂ। ਤੁਸੀਂ ਜਿਹਨੂੰ ਮਰਜ਼ੀ ਵੰਡੀ ਜਾਓ, ਕੌਮ ਨੂੰ ਕੋਈ ਇਹਨਾਂ ਸਰਟੀਫਿਕੇਟਾਂ ਦਾ ਅਸਰ ਨਹੀਂ ਹੈਗਾ ਜੀ। ਬਿਲਕੁਲ ਜੀ ਜੀ, ਬਾਬਾ ਜੈਕ ਸਿੰਘ ਜੀ ਤੁਸੀਂ ਕੰਟੀਨਿਊ ਕਰ ਸਕਦੇ ਹੋ ਕਿਉਂਕਿ ਸਮਾਂ ਸਾਡੇ ਕੋਲ ਸੀਮਿਤ ਹੈ, ਅੱਜ ਅਸੀਂ ਕਾਲਰਾਂ ਦੀਆਂ ਜਿਹੜੀਆਂ ਕਾਲਾਂ ਵੀ ਨਹੀਂ ਲੈ ਸਕੇ ਹੈਗੇ ਜੀ। ਉਹਦੇ 'ਚ ਅਗਲੇ ਇਸ ਆਰਟੀਕਲ ਦੇ ਵਿੱਚ ਭਾਈ ਰਣਜੀਤ ਸਿੰਘ ਜੱਗੀ ਜਿਨ੍ਹਾਂ ਨੇ ਜਨਰਲ ਲਲਿਤ ਮਾਕਣ ਨੂੰ ਜਿਹੜਾ ਕਿ 1984 ਸਿੱਖ ਜੈਨੋਸਾਈਡ ਦੇ ਵਿੱਚ ਉਹਨਾਂ ਦਾ ਹੱਥ ਹੋਣ ਕਰਕੇ ਉਹਨੂੰ ਉਹਨਾਂ ਨੇ ਭਾਈ ਸੁੱਖੇ ਅਤੇ ਭਾਈ ਜਿੰਦੇ ਦੇ ਨਾਲ ਧੁਰ ਦੀ ਟਿਕਟ ਕਟਾਈ ਜਿਹਦੀ ਆ, ਉਹਨਾਂ ਕੋਲ ਵੀ ਕਾਰਾਵਾਨ ਮੈਗਜ਼ੀਨ ਗਿਆ ਅਤੇ ਉਹਨਾਂ ਕੋਲੋਂ ਵੀ ਇਹਨਾਂ ਦੇ ਬਿਆਨ ਲਏ ਨੇ SFJ ਰੈਫਰੈਂਡਮ ਦੇ ਬਾਰੇ। ਇਹ ਵੀ ਲਿਖਿਆ ਵੀ ਭਾਈ ਕੁੱਕੀ ਜਿਹੜੇ ਨੇ 20 ਸਾਲ ਭਾਰਤ ਦੀਆਂ ਜੇਲ੍ਹਾਂ 'ਚ ਰਹੇ ਨੇ ਅਤੇ ਇਹ 2009 ਦੇ ਵਿੱਚ ਲਲਿਤ ਸ਼ੀਲਾ ਦੀਕਸ਼ਿਤ ਦੀ ਸਰਕਾਰ ਵੱਲੋਂ ਮਾਫ਼ੀ ਤੋਂ ਬਾਅਦ ਜਿਹੜੇ ਇਹ ਵਾਪਸ ਰਿਹਾਅ ਹੋਏ ਨੇ। ਅਤੇ ਉਹਨਾਂ ਨੇ ਵੀ ਕਿਹਾ ਆ ਵੀ ਜਿਹੜਾ ਵਕੀਲ ਪੰਨੂ ਆ ਇਹ ਭੋਲੇ ਭਾਲੇ ਸਿੱਖਾਂ ਨੂੰ ਜਿਹੜਾ ਇਹ ਮੂਰਖ ਬਣਾ ਰਿਹਾ ਆ, ਉਹਨਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਦਾ ਪਿਆ ਆ। ਅਤੇ ਉਹ ਕਹਿੰਦੇ ਵੀ ਜੇ ਡਾਇਸਪੋਰਾ ਸਿੱਖ ਸੋਚਦਾ ਆ ਵੀ ਵਾਇਲੈਂਸ ਨਾਲ ਕੋਈ ਰਾਸਤਾ ਨਿਕਲ ਸਕਦਾ ਆ ਤਾਂ ਉਹ ਗਲਤ ਆ। ਅਤੇ ਸਾਨੂੰ ਨਹੀਂ ਲੱਗਦਾ ਵੀ ਅਸੀਂ ਡਾਇਸਪੋਰਾ ਸਿੱਖਾਂ 'ਚ ਬੈਠੇ ਹਾਂ, ਅਸੀਂ ਵਾਇਲੈਂਸ ਦੀ ਗੱਲ ਕਦੇ ਵੀ ਨਹੀਂ ਹੈਗੀ ਵੀ ਵਾਇਲੈਂਸ ਕਰੋ, ਅਸੀਂ ਨਾ ਵਾਇਲੈਂਸ ਨੂੰ ਪ੍ਰਮੋਟ ਕਰਦੇ ਹਾਂ ਨਾ ਵਾਇਲੈਂਸ ਨੂੰ ਪ੍ਰਮੋਟ ਕਰਦੇ ਹਾਂ। ਸੋ ਅਰਨ ਨੋ ਉਹਨਾਂ ਨੇ ਵਾਇਲੈਂਸ ਨੂੰ ਸਾਡੇ ਨਾਲ ਕਿਵੇਂ ਰਿਲੇਟ ਕੀਤਾ ਆ, ਅਤੇ ਉਹ ਕਹਿੰਦੇ ਵੀ ਜਿਹੜਾ ਕੋਈ ਜੇ ਕੋਈ ਇੱਕ ਰਾਸਤਾ ਹੈਗਾ ਉਹ ਤਾਂ ਪੋਲੀਟੀਕਲ ਦਾ ਰਾਸਤਾ ਆ। ਬਿਲਕੁਲ, ਅਸੀਂ ਕਿਹਾ ਜੀ ਪੋਲੀਟਿਕਸ ਪੋਲੀਟੀਕਲ ਇੱਕ ਰਾਸਤਾ ਬਾਕੀ ਆ, ਪਰ ਅਸੀਂ ਉਹ ਪੋਲੀਟਿਕਸ ਨੂੰ ਜਿਹੜੀ ਆ ਪੋਲੀਟੀਕਲ ਰਾਸਤੇ ਨੂੰ ਭਾਰਤੀ ਸੰਵਿਧਾਨ ਦੇ ਥੱਲੇ ਨਹੀਂ ਰਨ ਕਰਨਾ ਚਾਹੁੰਦੇ, ਅਸੀਂ ਇੰਡੀਪੈਂਡੈਂਟਲੀ ਰਨ ਕਰਨਾ ਚਾਹੁੰਦੇ ਹਾਂ ਯੂਨਾਈਟਡ ਨੇਸ਼ਨ ਦੇ ਥੱਲੇ ਅਤੇ ਹੋਰ ਜਿਹੜੇ ਦੁਨੀਆਂ ਦੇ ਮੁਲਕ ਨੇ ਉਹਨਾਂ ਨਾਲ ਰਲ ਕੇ, ਨਾ ਕਿ ਭਾਰਤੀ ਸੰਵਿਧਾਨ ਦੇ ਥੱਲੇ ਜੀ। ਉਹਨਾਂ ਨੇ ਇੱਕ ਗੱਲ ਹੋਰ ਕਹੀ ਵੀ ਵਕੀਲ ਪੰਨੂ ਨੂੰ ਸਰਕਾਰ ਨੇ ਜ਼ਬਤ ਕੀਤਾ ਹੈ ਜ਼ਮੀਨਾਂ ਅਤੇ ਉਹਨੂੰ ਉਹ ਹੀਰੋ ਬਣਾਉਣਾ ਚਾਹੁੰਦੀ ਹੈ, ਹੈ ਨਾ। ਅਤੇ ਭਾਈ ਜੀ ਉਹਦੇ 'ਚ ਉਹਨੂੰ ਹੀਰੋ ਬਣਾ ਕੇ ਦੁਨੀਆਂ 'ਚ ਪੇਸ਼ ਕਰਨਾ ਚਾਹੁੰਦੀ ਹੈ, ਦੱਸਣਾ ਚਾਹੁੰਦੇ ਹਾਂ ਵੀ ਭਾਈ ਕੁੱਕੀ ਸਾਡੇ ਲਈ ਅੱਜ ਵੀ ਹੀਰੋ ਆ, ਅਤੇ ਜਿਹਨੇ ਸਿੱਖ ਕੌਮ ਦੀ ਜਿਹੜੀ ਪੱਗ ਆ ਉਹਨੂੰ ਸਿਰ 'ਤੇ ਰੱਖਿਆ। ਕਿਉਂਕਿ ਉਹਦੇ 'ਚ ਮੈਂ ਇੱਕ ਸੌਕਰ ਦਾ ਖਿਡਾਰੀ ਰਿਹਾ ਹਾਂ, ਪਹਿਲੇ ਦਿਨ ਤੋਂ ਮੈਂ ਸੌਕਰ ਖੇਡੀ ਆ। ਅਤੇ ਜਦੋਂ ਸੌਕਰ ਦੇ ਇੱਕ ਫਾਰਵਰਡ ਹੁੰਦੇ ਨੇ ਅਤੇ ਇੱਕ ਡਿਫੈਂਡਰ ਹੁੰਦੇ ਨੇ, ਇੱਕ ਮਿਡ ਵਾਲੇ ਹੁੰਦੇ ਨੇ, ਜੇ ਤੁਸੀਂ ਮੈਚ ਦੇਖੋ ਤਾਂ ਅਕਸਰ ਜਿਹੜੇ ਫਾਰਵਰਡ ਖਿਡਾਰੀ ਹੁੰਦੇ ਆ ਉਹਨਾਂ ਦੀ ਆਪਸ 'ਚ ਨਹੀਂ ਬਣਦੀ ਜੀ। ਉਹ ਕਹਿੰਦੇ ਨੇ ਜੀ ਜਿਹੜਾ ਰਾਈਟ 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 ਸਾਈਡ ਵਾਲਾ ਪਲੇਅਰ ਆ ਟੂ ਮੱਚ ਡਰਵਲ ਕਰਦਾ ਆ, ਇਹ ਕਿੱਕਾਂ ਵਾਰਦਾ ਹੈ, ਦੂਰ ਕਿੱਕ ਲਾਉਂਦਾ ਹੈ, ਪਾਸ ਨਹੀਂ ਦਿੰਦਾ, ਪਰ ਉਹਨਾਂ ਦਾ ਨਿਸ਼ਾਨਾ ਹੁੰਦਾ ਵੀ ਉਹਨਾਂ ਨੇ ਗੋਲ ਕਰਨਾ ਹੁੰਦਾ ਜੀ। ਅਤੇ ਭਾਈ ਕੁੱਕੀ ਨੇ ਸਰਕਾਰ ਸਿਰਫ ਗੋਲ ਕਰਤਾ ਜੀ, ਉਹਨਾਂ ਦਾ ਇੱਕ ਜਿਹੜਾ ਉਹਨਾਂ ਨੇ ਬਦਲਾ ਲਿਆ ਅਤੇ ਉਹਨਾਂ ਨੇ ਗੋਲ ਕਰਤਾ। ਸੋ ਉਹਨਾਂ ਦੀ ਹੁਣ ਕਿਸੇ ਹੋਰ ਫਾਰਵਰਡ ਖਿਡਾਰੀ ਦੇ ਨਾਲ ਬਣੇ ਨਾ ਬਣੇ, ਜਾਂ ਉਹ ਤੁਸੀਂ ਅਕਸਰ ਦੇਖਦੇ ਜਦੋਂ ਮੈਚ ਚੱਲਦਾ ਹੁੰਦਾ ਜਿਹੜਾ ਜਿਹੜਾ ਮੈਨੇਜਰ ਹੁੰਦਾ ਆ ਉਹ 80 ਮਿੰਟ ਬਾਅਦ ਪਲੇਅਰ ਚੇਂਜ ਕਰ ਦਿੰਦਾ, ਜਾਂ 70 ਮਿੰਟ ਬਾਅਦ ਉਹ ਕਹਿੰਦਾ ਵੀ ਚੇਂਜ ਕਰਨਾ ਪਲੇਅਰ, ਤਿੰਨ ਆਪਸ਼ਨ ਤਿੰਨ ਤੁਹਾਡੇ ਕੋਲ ਹੁੰਦੇ ਆ ਵੀ ਤਿੰਨ ਵਾਰ ਤੁਸੀਂ ਪਲੇਅਰ ਚੇਂਜ ਕਰਦੇ ਆ। ਤੇ ਜਿਹੜੇ ਫਾਰਵਰਡ ਸਟ੍ਰਾਈਕਰ ਹੁੰਦੇ ਆ ਉਹ ਬੜੇ ਅਪਸੈਟ ਹੁੰਦੇ ਆ ਵੀ ਮੈਂ 90 ਮਿੰਟ ਖੇਲਣੇ ਆ, ਵੀ 90 ਮਿੰਟ ਦੀ ਪੂਰੀ ਗੇਮ ਮੇਰੀ ਆ ਅਤੇ ਮੈਂ ਹੀ ਖੇਲਣੀ ਆ, ਮੈਨੂੰ ਤੁਸੀਂ ਬਦਲਣਾ ਨਹੀਂ ਹੈਗਾ, ਹੈ ਨਾ। ਅਤੇ ਜਦੋਂ ਉਹਨਾਂ ਨੂੰ ਬਦਲਿਆ ਜਾਂਦਾ ਹੈ ਤਾਂ ਉਦੋਂ ਉਹ ਬੜੇ ਅਪਸੈਟ ਹੁੰਦੇ ਨੇ, ਮੈਂ ਨਹੀਂ ਜੀ ਮੈਂ ਗੋਲ ਕਰਨਾ, ਪਰ ਉਹ ਅਸਲ 'ਚ ਗੇਮ ਦਾ ਇੱਕ ਹਿੱਸਾ ਹੁੰਦਾ ਆ ਅਤੇ ਉਹ ਦੁਸ਼ਮਣ ਦੇ ਪਾੜੇ ਦਾ ਨੈੱਟ ਪਾੜ ਦਿੰਦੇ ਆ ਕਰ ਦਿੰਦੇ ਆ, ਪਰ ਉਹਨਾਂ ਉਹ ਦੇ ਰੋਂ ਲਾਈਕ ਵੀ 90 ਮਿੰਟ ਬਾਅਦ ਮੈਨੂੰ 80 ਮਿੰਟ 'ਚ ਮੈਨੂੰ ਚੇਂਜ ਕਰਤਾ, ਹੁਣ 15-20 ਮਿੰਟ ਕੋਈ ਦੂਆ ਪਲੇਅਰ ਖਿਲਾਇਆ ਜਾ ਰਿਹਾ, ਹੈ ਨਾ ਜੀ। ਸੋ ਉਹ ਇੱਕ ਹਿਊਮਨ ਨੇਚਰ ਦਾ ਹਿੱਸਾ ਆ, ਜੇ ਤੁਸੀਂ ਫਾਰਵਰਡ ਨੂੰ ਪਲੇਅਰ ਨੂੰ ਡਿਫੈਂਡਰ ਖਿਲਾ ਦਿਓ ਤਾਂ ਉਹ ਇੱਕ ਵੀ ਗੋਲ ਨਹੀਂ ਰੋਕ ਸਕੂਗਾ, ਜੇ ਤੁਸੀਂ ਡਿਫੈਂਡਰਾਂ ਨੂੰ ਸਟ੍ਰਾਈਕ 'ਤੇ ਲੈ ਜਾਓ ਤਾਂ ਭਾਵੇਂ ਖਾਲੀ ਗੋਲ ਹੋਵੇ ਉਹ ਗੋਲ ਨਹੀਂ ਕਰ ਸਕਦਾ।
ਜੀ ਸੋ ਹਰ ਇੱਕ ਦਾ ਹਿੱਸਾ ਆ ਹਰ ਇੱਕ ਨੇ ਆਪਣਾ ਆਪਣਾ ਪਾਰਟ ਜਿਹੜਾ ਉਹ ਜ਼ਿੰਦਗੀ 'ਚ ਨਿਭਾਇਆ ਆ ਤੇ ਉਹ ਬਣਦਾ ਵੀ ਆ ਪਰ ਉਹਦੇ ਵਿੱਚ ਮੈਂ ਫਿਰ ਗੱਲ ਕਹਿਣਾ ਵੀ ਤੁਸੀਂ ਮੇਕ ਸ਼ੋਰ ਕਰਨਾ ਆ ਕਿ ਸਾਡੀਆਂ ਉਮਰਾਂ ਥੋੜ੍ਹੀਆਂ ਨੇ ਨਾ ਅਸੀਂ ਭਾਈ ਹਰਪਾਲ ਸਿੰਘ ਚੀਮੇ ਨੂੰ ਕੋਈ ਦੱਸਣ ਦੇ ਕਾਬਲ ਹਾਂ ਅਤੇ ਨਾ ਭਾਈ ਸਰਦਾਰ ਸਿੰਘ ਮਨਜੀਤ ਸਿੰਘ ਮਾਨ ਨੂੰ ਅਸੀਂ ਕੋਈ ਦੱਸ ਸਕੀਏ ਅਤੇ ਨਾ ਭਾਈ ਕੁੱਕੀ ਵਰਗੇ ਜਿਨ੍ਹਾਂ ਨੇ ਕੌਮ ਦੀਆਂ ਪੱਗਾਂ ਸਿਰਾਂ ਦੇ ਉੱਤੇ ਦੁਬਾਰੇ ਰੱਖੀਆਂ ਨੇ 20 ਸਾਲ ਕੌਮ ਵਾਲੀ ਜੇਲ੍ਹ ਕੱਟੀ ਆ ਨਾ ਅਸੀਂ ਉਹਨਾਂ ਨੂੰ ਸਲਾਹ ਦੇ ਸਕਦੇ ਹਾਂ ਪਰ ਇੱਕ ਗੱਲ ਜਿਹੜੀ ਖਿਆਲ ਰੱਖਣੀ ਬਣਦੀ ਆ ਬਈ ਮੇਕ ਸ਼ੋਰ ਵੀ ਤੁਸੀਂ ਇੰਡੀਅਨ ਪਹਾੜੇ 'ਚ ਜਾ ਕੇ ਉਹ ਤੁਹਾਨੂੰ ਇੱਦਾਂ ਦੇ ਘੁਮਾ ਕੇ ਇੱਥੇ ਨਾ ਲੈ ਕੇ ਚੱਲ ਜਾਣ ਵੀ ਜਿੱਥੇ ਤੁਸੀਂ ਉਹਨਾਂ ਦੇ ਕੈਂਪ 'ਚ ਜਾ ਕੇ ਉਹਨਾਂ ਦੇ ਹੱਕ ਦੀ ਗੱਲ ਕਰੋ ਭਾਵੇਂ ਤੁਹਾਨੂੰ ਪਤਾ ਵੀ ਨਾ ਹੋਵੇ ਅਤੇ ਗਿੱਲ ਸਾਹਿਬ ਨੇ ਅੱਗੇ ਕਿਹਾ ਜੀ ਖਾਲਿਸਤਾਨੀ ਭਾਈ ਸਿਮਰਜੀਤ ਸਿੰਘ ਮਾਨ ਜਾਂ ਦਲ ਖਾਲਸਾ ਦੀਆਂ ਜ਼ਮੀਨਾਂ ਜ਼ਬਤ ਕਿਉਂ ਨਹੀਂ ਕੀਤੀਆਂ ਗਈਆਂ ਹੈ ਨਾ ਜੀ ਇਕੱਲੀਆਂ ਵਕੀਲ ਨੇ ਕੀਤੀਆਂ ਗਈਆਂ ਅਤੇ ਮੇਰੇ ਖਿਆਲ ਦੇ ਵਿੱਚ ਇਹ ਵੀ ਸਟੇਟਮੈਂਟ ਕੋਈ ਨਹੀਂ ਕਿਸੇ ਪਾਸੇ ਦੇਣੀ ਚਾਹੀਦੀ ਸੀਗੀ ਕਿਉਂਕਿ ਜੇ ਹੁਣ ਨਹੀਂ ਮਾਨ ਸਾਹਿਬ ਦੀ ਜ਼ਮੀਨ ਜ਼ਬਤ ਹੋਈ ਜਾਂ ਦਲ ਖਾਲਸਾ ਦੀ ਜ਼ਬਤ ਹੋਈ ਤਾਂ ਆਪਾਂ ਉਹਨਾਂ ਦੀ ਜ਼ਬਤ ਥੋੜ੍ਹੀ ਕਰਾਉਣੀਆਂ ਨੇ ਹੈ ਨਾ ਸੋ ਇਹ ਤਾਂ ਇੱਦਾਂ ਲਾ ਲਈਏ ਜੇ ਆਪਾਂ ਕਿ ਇਹ ਵੀ ਭਾਈ ਕੁੱਕੀ 2009 'ਚ ਰਿਹਾ ਹੋ ਗਿਆ ਅਤੇ ਭਾਈ ਰਾਜਵਾਣਾ ਕਦੇ ਨਹੀਂ ਰਿਹਾ ਕੀਤਾ ਜਾਂ ਭਾਈ ਹਵਾਲਾ ਕਿਉਂ ਨਹੀਂ ਰਿਹਾ ਕੀਤਾ ਜਾਂ ਭਾਈ ਤਾਰਾ ਕਿਉਂ ਨਹੀਂ ਰਿਹਾ ਕੀਤਾ ਸੋ ਇਹ ਕੋਈ ਵੀ ਮੇਰੇ ਖਿਆਲ ਦੇ ਵਿੱਚ ਇਹ ਕੌਮ ਨੂੰ ਨੌਜਵਾਨਾਂ ਵਾਸਤੇ ਜਦੋਂ ਅਸੀਂ ਪੜ੍ਹਦੇ ਹਾਂ ਕਿਉਂਕਿ ਸਾਡਾ ਆਦਰਸ਼ ਭਾਈ ਕੁੱਕੀ ਆ ਜਿਹਨੇ ਸਾਨੂੰ ਦੱਸਿਆ ਵੀ ਤੁਸੀਂ ਕੌਮ ਦੀਆਂ ਪੱਗਾਂ ਜਿਨ੍ਹਾਂ ਨੇ ਰਖਾਈਆਂ ਜਿਨ੍ਹਾਂ ਨੇ ਇਤਿਹਾਸ ਬਣਨਾ ਆ ਜਦੋਂ ਮੈਂ ਇੱਥੇ ਇੱਕ ਗੱਲ ਹੋਰ ਐਡ ਕਰ ਰਿਹਾ ਜਦੋਂ ਇਤਿਹਾਸ ਦੀ ਗੱਲ ਆਉਂਦੀ ਆ ਅਤੇ ਉਦੋਂ ਬੰਦਾ ਸਿੰਘ ਬਹਾਦਰ ਅਤੇ ਬਾਬਾ ਦੀਪ ਸਿੰਘ ਉਹ ਸਮਕਾਲੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬੰਦਾ ਸਿੰਘ ਬਹਾਦਰ ਨੂੰ ਦੌੜ ਤੋਂ ਭੇਜਦੇ ਨੇ ਨਾ ਅਤੇ ਉਦੋਂ ਉਹਨਾਂ ਵੇਲਿਆਂ 'ਚ ਕੁਛ ਸਾਲ ਪਹਿਲਾਂ ਬਾਬਾ ਦੀਪ ਸਿੰਘ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਸੀਗੇ ਜੀ ਬਾਬਾ ਦੀਪ ਸਿੰਘ ਕਿਉਂਕਿ ਸਮਕਾਲੀ ਰਹੇ ਨੇ ਅਤੇ ਪਰ ਜੇ ਆਪਾਂ ਸਮਾਣੇ ਦੀ ਜੰਗ ਦੇਖੀਏ ਸਧੌਰੇ ਦੀ ਜੰਗ ਦੇਖੀਏ ਜਾਂ ਜੰਗ ਆਪਾਂ ਦੇਖੀਏ ਸਰਹੰਦ ਦੀ ਦੇਖੀਏ ਅਤੇ ਉਦੋਂ ਇਤਿਹਾਸ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਕੱਲਾ ਇਕੱਲਾ ਪਲ ਭਾਵੇਂ ਉਹ ਨਦੇੜ ਤੋਂ ਤੁਰਨ ਤੋਂ ਲੈ ਕੇ ਸਰਹੰਦ ਦੀ ਇੱਟ ਖੜਕਾਉਣ ਤੋਂ ਬਾਅਦ ਗੁਰਦਾਸ ਨੰਗਲ ਦੀ ਗੜੀ ਅਤੇ ਗੜੀ 'ਚੋਂ 700 ਬੰਦਿਆਂ ਦਾ ਦਿੱਲੀ ਨੂੰ ਕਾਫਲਾ ਲੈ ਕੇ ਜਾਣ ਦਾ ਇਕੱਲਾ ਇਕੱਲਾ ਲਵ ਸਾਂਭਿਆ ਪਿਆ ਪਰ ਉਹਨਾਂ ਬੰਦਾ ਸਿੰਘ ਬਹਾਦਰ ਦੇ ਟਾਈਮ ਦੀਆਂ ਜਿਹੜੀਆਂ ਜੰਗਾਂ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਆਉਂਦਾ ਮੈਂ ਸ਼ਾਇਦ ਗਲਤ ਵੀ ਹੋਵਾਂ ਮੈਂ ਮਾਫ਼ੀ ਮੰਗਦਾ ਇਸ ਚੀਜ਼ ਦੀ ਪਰ ਮੈਂ ਨਹੀਂ ਕਦੇ ਪੜ੍ਹਿਆ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਬਰਾਬਰ ਬਾਬਾ ਦੀਪ ਸਿੰਘ ਖੜ ਗਿਆ ਹੋਵੇ ਅੱਗੇ ਜੀ ਈਵਨ ਕਿ ਬਾਬਾ ਦੀਪ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਸਮਕਾਲੀ ਨੇ ਪਰ ਉਹ ਕਿਤੇ ਆਪਾਂ ਪੜ੍ਹਦੇ ਨਹੀਂ ਅਤੇ ਹੁਣ ਜੇ ਆਪਾਂ ਇਹ ਕਹੀਏ ਵੀ ਬਾਬਾ ਦੀਪ ਸਿੰਘ ਕਦ ਨਹੀਂ ਆਇਆ ਉੱਥੇ ਵੀਰੋ ਨੋ ਹੈ ਨਾ ਜਦੋਂ ਬਾਬੇ ਨੇ ਕਿਸੇ ਦੀ ਡਿਊਟੀ ਲਾਈ ਆ ਅਤੇ ਬਾਬਾ ਦੀਪ ਸਿੰਘ 1757 'ਚ ਦੀ ਡਿਊਟੀ ਲੱਗੀ ਉਹਨੇ ਉਦੋਂ ਆਪਣਾ ਪਾਰਟ ਨਿਭਾ ਤਾ ਅਤੇ ਭਾਈ ਕੁੱਕੀ ਦੀ ਡਿਊਟੀ ਬਾਬੇ ਨੇ 1986 'ਚ ਲਾਈ ਸੀ 1986 'ਚ ਪਾਰਟ ਨਿਭਾ ਤਾ ਅਤੇ ਕਿਸੇ ਦੀ ਦਿਲਾਵਰ ਦੀ ਡਿਊਟੀ 1995 'ਚ ਲੱਗੀ ਉਹਨੇ 95 'ਚ ਨਿਭਾ ਤਿਆ ਅਤੇ ਜਿਨ੍ਹਾਂ ਦੀਆਂ 15 'ਚ ਲੱਗੀਆਂ 15 'ਚ ਨਿਭਾ ਕੇ ਜਿਨ੍ਹਾਂ ਦੀਆਂ 20 'ਚ ਲੱਗੀਆਂ 20 'ਚ ਨਿਭਾ ਦੇਣਗੇ ਅਤੇ ਜਿਨ੍ਹਾਂ ਦੀਆਂ 30 'ਚ ਲੱਗੀਆਂ ਉਹਨਾਂ ਨੇ 30 'ਚ ਨਿਭਾ ਦੇਣੀਆਂ ਜੀ ਸੋ ਇਹ ਤਾਂ ਬਾਬੇ ਦੇ ਹੱਥ ਵਸ ਆ ਕਿਸੇ ਦੇ ਹੱਥ ਵਸ ਨਹੀਂ ਹੈਗਾ ਸੋ ਬਾਕੀ ਜੇ ਅੱਜ ਆਪਾਂ ਫਰੀਡਮ ਆਫ ਸਪੀਚ ਦੀ ਗੱਲ ਵੀ ਕਰਦੇ ਹਾਂ ਫਰੀਡਮ ਆਫ ਸਪੀਚ ਸਾਨੂੰ ਸਾਡੇ ਅੱਜ ਜੋ ਆਰਟੀਕਲ 1 ਦੀ ਗੱਲ ਕਰਦੇ ਹਾਂ ਫਰੀਡਮ ਆਫ ਸਪੀਚ ਦੀ ਗੱਲ ਕਰਦੇ ਹਾਂ ਜਿਹਦਾ ਕਿ ਸੰਵਿਧਾਨ 'ਚ 40 ਦੇ ਦਹਾਕੇ 'ਚ ਲਿਖਿਆ ਗਿਆ ਪਰ ਇਹੀ ਜਿਹੜਾ ਫਰੀਡਮ ਆਫ ਸਪੀਚ ਸਾਨੂੰ ਗੁਰੂ ਹਰਰਾਏ ਸਾਹਿਬ ਪਾਤਸ਼ਾਹ ਨੇ ਦਿੱਤੀ ਆ ਜੀ ਜਿੱਥੇ ਜਦੋਂ ਰਾਮ ਰਾਏ ਜਾ ਕੇ ਕਹਿੰਦਾ ਆ ਵੀ ਮਿੱਟੀ ਮੁਸਲਮਾਨ ਕੀ ਪੈੜੇ ਪਏ ਕਿ ਮਿੱਟੀ ਬੇਈਮਾਨ ਕਰ ਦਿੰਦਾ ਹੈ ਨਾ ਅਤੇ ਉਦੋਂ ਫਿਰ ਮਹਾਰਾਜ ਕੋਲ ਭਾਵੇਂ 2200 ਘੋੜ ਸਵਾਰ 6ਵੇਂ ਪਾਤਸ਼ਾਹ ਤੋਂ ਰਿਹਾ ਆ ਅਤੇ ਮਹਾਰਾਜ ਨੇ ਕਿਹਾ ਵੀ ਇਹਨੂੰ ਹੁਣ ਗੁੱਡ ਥੱਲੇ ਧਰ ਲਓ ਜੀ ਮਹਾਰਾਜ ਨੇ ਕਿਹਾ ਵੀ ਹੁਣ ਇਹਦੀ ਫਰੀਡਮ ਆਫ ਸਪੀਚ ਹੈਗੀ ਹੈ ਹੁਣ ਸਾਡੇ ਮੱਥੇ ਨਾ ਲੱਗੀ ਤੂੰ ਤੂੰ ਆਪਣਾ ਕੰਮ ਕਰ ਦੂੰ ਜਾ ਹੈ ਨਾ ਜੀ ਅਤੇ ਦੂਜੇ ਪਾਸੇ 10ਵੇਂ ਪਾਤਸ਼ਾਹ ਨੇ ਸਾਨੂੰ ਫਰੀਡਮ ਆਫ ਸਪੀਚ ਸਿਖਾਈ ਆ ਅਤੇ ਨਾਲ ਨਾਲ ਕ੍ਰਾਈਮ ਸੀਨ ਦੱਸਿਆ ਜੀ ਅਤੇ ਜਦੋਂ ਤਾਂ ਪੰਡਤਾਂ ਦੀ ਪੰਡਤਾਣੀ ਚੱਕੀ ਜਾਂਦੀ ਆ ਉਦੋਂ ਤੋਂ ਭਾਈ ਉਹਨੂੰ ਕਿਹਾ ਜਾਂਦਾ ਅਜੀਤ ਸਿੰਘ ਨੂੰ ਵੀ ਹੁਣ ਨੇਜੇ ਤਿੱਖੇ ਕਰ ਲਓ ਪੰਡਤਾਣੀ ਛਡਾ ਕੇ ਲਿਆਉਣੀ ਆ ਘੋੜੇ ਘੋੜ ਸਵਾਰ ਤਿਆਰ ਕੀਤੇ ਜਾਂਦੇ ਨੇ ਉਹ ਕ੍ਰਾਈਮ ਸੀਨ ਆ ਪਰ ਜਦੋਂ ਧੀਰ ਮੱਲੀਏ ਬੀੜ ਚੱਕ ਕੇ ਲੈ ਜਾਂਦੇ ਨੇ ਅਤੇ ਉਦੋਂ ਮਹਾਰਾਜ ਕੁਛ ਨਹੀਂ ਕਹਿੰਦੇ ਕਿਸੇ ਨੂੰ ਵੀ ਹੁਣ ਇਹਨੂੰ ਧੀਰ ਮੱਲੀਏ ਨੂੰ ਗੋਡਿਆਂ ਥੱਲੇ ਧਰ ਲਓ ਇਹਨਾਂ ਨੂੰ ਨੇਜੇ ਤਿਆਰ ਕਰ ਲਓ ਮਹਾਰਾਜ ਕਹਿੰਦੇ ਇਹਨਾਂ ਦੀ ਫਰੀਡਮ ਆਫ ਸਪੀਚ ਇਹਨਾਂ ਨੂੰ ਕਰ ਲੈਣ ਦਿਓ ਆਪਾਂ ਆਪੇ ਲਿਖਾ ਲਾਂਗੇ ਵੀ ਹੈ ਨਾ ਜਦੋਂ ਆਪਾਂ ਅੱਜ ਖਾਲਿਸਤਾਨ ਧਿਰਾਂ ਭਾਵੇਂ ਸਾਡੇ ਨਾਲ ਕੋਈ ਸਹਿਮਤ ਨਹੀਂ ਹੈਗੀ ਅਸੀਂ ਤਾਂ ਇਹੀ ਕਹਿੰਦੇ ਵੀ ਉਹਨਾਂ ਦੀ ਵੀ ਭਾਈ ਫਰੀਡਮ ਆਫ ਸਪੀਚ ਹੈ ਪਰ ਫਰੀਡਮ ਆਫ ਸਪੀਚ ਦੇ ਨਾਲ ਇੰਨਾ ਕੁ ਤੁਸੀਂ ਆਪਾਂ ਖਿਆਲ ਰੱਖੀਏ ਕਿ ਤੁਸੀਂ ਭਾਰਤੀ ਕੈਂਪ 'ਚ ਜਾ ਕੇ ਨਾ ਖੜ ਜਾਓ ਜੀ ਅਤੇ ਜਿਹੜੇ ਜਿਹੜੀ ਪੰਜਾਬ ਦੀ ਆਜ਼ਾਦੀ ਦੀ ਕੰਪੇਨ ਸਿੰਘਾਂ ਸ਼ਹੀਦਾਂ ਨੇ 1990 ਤੋਂ 1980 ਤੋਂ ਆਜ਼ਾਦੀ ਦੀ ਲੜਾਈ ਲੜੀ ਆ ਭਾਵੇਂ ਕਿਸੇ ਨੇ ਥੋੜ੍ਹੀ ਲੜੀ ਆ ਭਾਵੇਂ ਕਿਸੇ ਨੇ ਬਹੁਤੀ ਲੜੀ ਆ
ਜਿਨ੍ਹਾਂ ਕੋਲ ਅੱਜ ਮਸ਼ਾਲ ਆ ਟੌਰਚ ਕਹਿੰਦੇ ਆ ਇਹ ਕਦੇ ਬਾਬੇ ਜਰਨੈਲ ਸਿੰਘ ਕੋਲ ਟੌਰਚ ਸੀਗੀ ਜਰਨੈਲ ਸਿੰਘ ਤੋਂ ਟੌਰਚ ਹੁੰਦੀ ਇਹ ਕੁੱਕੀ ਕੋਲ ਚਲੀ ਗਈ ਜਿੰਦੇ ਕੋਲ ਚਲੀ ਗਈ ਇਹ ਲਾਭ ਸਿੰਘ ਪੰਜਵੜ ਕੋਲ ਚਲੀ ਗਈ ਮਾਨੋ ਚਾਲ ਕੋਲ ਚਲੀ ਗਈ ਦਲਾਵਰ ਕੋਲ ਚਲੀ ਗਈ ਰਾਜੂਆਣੇ ਕੋਲ ਚਲੀ ਗਈ ਤਾਰੇ ਹਵਾਰੇ ਕੋਲ ਚਲੀ ਗਈ ਅਤੇ ਅੱਗੇ ਵੀ ਇਹ ਟੌਰਚ ਜਿਹੜੀ ਆ ਕਿਸੇ ਕੋਲ ਨਹੀਂ ਰਹਿਣੀ ਹੈਗੀ ਇਹ ਟੌਰਚ ਜਿਹੜੀ ਆ ਆਜ਼ਾਦੀ ਦੀ ਮਿਸਾਲ ਇਹ ਬਾਬੇ ਦੀ ਆ ਇਹ ਬਦਲਦੀ ਰਹਿਣੀ ਆ ਪਰ ਇੱਕ ਗੱਲ ਮੈਂ ਅਖੀਰ ਦੇ ਵਿੱਚ ਹੋਰ ਨੋਟ ਕਰ ਲਿਆ ਦੱਸਦੇ ਹਾਂ ਵੀ ਜਦੋਂ ਕੋਈ ਬੰਦਾ ਹੰਕਾਰ ਜਾਂਦਾ ਜੀ ਤੇ ਬਾਬਾ ਉਹਨੂੰ ਲਾਂਭੇ ਕਰ ਦਿੰਦਾ ਉਹ ਟੌਰਚ ਕਿਸੇ ਹੋਰ ਦੇ ਹੱਥ 'ਚ ਹੁੰਦਾ ਜਦੋਂ ਇਹ ਕਿਉਂਕਿ ਸੰਘਰਸ਼ ਗੁਰੂ ਦਾ ਆ ਕੌਮ ਦਾ ਆ ਅਤੇ ਉਹਨੇ ਇਹ ਜਦੋਂ ਧਿਰਾਂ ਕੋਈ ਹੰਕਾਰ ਜਾਣ ਉਹ ਲਾਂਭੇ ਕਰ ਦਿੰਦੀਆਂ ਜਿਵੇਂ ਅੱਠਵੇਂ ਪਾਤਸ਼ਾਹ ਜਦੋਂ ਦਿੱਲੀ ਨੂੰ ਜਾਣ ਲੱਗੇ ਤਾਂ ਬਾਲੇ ਦੇ ਕੋਲ ਪੰਡਤਾਂ ਨੇ ਕਿਹਾ ਵੀ ਇਹ ਬੱਚਾ ਜਾਂ ਗੁਰੂ ਬਣਾ ਦਿੱਤਾ ਆ ਉਹ ਇਹਦਾ ਟੈਸਟ ਲਈਏ ਤੇ ਮਹਾਰਾਜ ਨੂੰ ਕਹਿੰਦਾ ਵੀ ਤੁਹਾਨੂੰ ਦੱਸ ਗੀਤਾ ਦੇ ਅਰਥ ਸੁਣਾ ਜੀ ਤੇ ਉਹ ਗੀਤਾ ਦੇ ਮਹਾਰਾਜ ਕਹਿੰਦੇ ਵੀ ਅਰਥ ਤਾਂ ਮੈਂ ਸੁਣਾ ਦਿੰਦਾ ਵੀ ਜੇ ਮੈਂ ਇਹਨਾਂ ਨੂੰ ਅਰਥ ਸੁਣਾ ਤੇ ਇਹਨਾਂ ਨੇ ਕਹਿਣਾ ਵੀ ਇਹ ਤਾਂ ਕਿਤੇ ਕੋਲ ਪੜ੍ਹ ਕੇ ਆ ਗਿਆ ਹੋਣਾ ਤੇ ਮਹਾਰਾਜ ਕਹਿੰਦੇ ਵੀ ਐਂ ਕਰ ਕੋਈ ਤੁਸੀਂ ਬੰਦਾ ਲੈ ਆਓ ਆਪਣਾ ਉਹਦੇ ਕੋਲ ਉਹਨੇ ਗੀਤਾ ਦੇ ਅਰਥ ਕਰਾ ਦੇਣਾ ਜੀ ਤੇ ਉਹ ਇੱਕ ਗੂੰਗੇ ਤੇ ਬੋਲੇ ਬੰਦੇ ਨੂੰ ਬਾਹਵਣ ਚੱਕ ਲਿਆ ਤੇ ਕਹਿੰਦੇ ਇਹਦੇ ਕੋਲੋਂ ਕਰਾ ਤੇ ਜਦੋਂ ਮਹਾਰਾਜ ਨੇ ਸਿਰ ਤੇ ਹੱਥ ਧਰਿਆ ਛੱਟੀ ਰੱਖੀ ਇਤਿਹਾਸ ਸਾਖੀਆਂ ਚ ਆਉਂਦਾ ਵੀ ਉਹ ਬੋਲਣ ਵੀ ਲੱਗਾ ਸੁਣਨ ਵੀ ਲੱਗਾ ਉਹਨੇ ਹੰਕਾਰ ਵੀ ਉਹਨਾਂ ਦਾ ਤੋੜਿਆ ਤੇ ਉਹਨਾਂ ਨੂੰ ਜਿਹੜੀ ਗੀਤਾ ਦੇ ਅਰਥ ਵੀ ਸੁਣਾਏ ਤੇ ਕਹਿਣ ਤੋਂ ਭਾਵ ਆਜ਼ਾਦੀ ਦਾ ਸੰਘਰਸ਼ ਖਾਲਿਸਤਾਨ ਦਾ ਸੰਘਰਸ਼ ਇਹ ਗੁਰੂਆਂ ਦਾ ਸੰਘਰਸ਼ ਇਹ ਕੌਮ ਦਾ ਸੰਘਰਸ਼ ਆ ਤੇ ਜਦੋਂ ਬਾਬੇ ਨੇ ਇਸ ਸੰਘਰਸ਼ ਨੂੰ ਫਤਿਹ ਕਰਾਉਣਾ ਹੋਵੇ ਕਰਨਾ ਹੋਇਆ ਉਦੋਂ ਬਾਬੇ ਨੇ ਗੁੰਗੇ ਬੋਲੇ ਇਕੱਠੇ ਕਰਕੇ ਉਹਨਾਂ ਦੇ ਉੱਤੇ ਸਿਰ ਤੇ ਹੱਥ ਧਰ ਕੇ ਇਹਨੂੰ ਫਤਿਹ ਕਰਾ ਲੈਣਾ ਤੇ ਜਿਹੜੀ ਧਿਰ ਇਸ ਨੂੰ ਸਮਝ ਲਵੇ ਕਿ ਖਾਲਿਸਤਾਨ ਸਾਡੇ ਕਰਕੇ ਆ ਜੀ ਨਾ ਕਿ ਇਹ ਸਮਝੇ ਕਿ ਅਸੀਂ ਖਾਲਿਸਤਾਨ ਕਰਕੇ ਹਾਂ ਜਦੋਂ ਕੋਈ ਧਿਰ ਇਹ ਸਮਝਣ ਲੱਗ ਜਾਵੇ ਕਿ ਅਸੀਂ ਖਾਲਿਸਤਾਨ ਸਾਡੇ ਕਰਕੇ ਆ ਉਦੋਂ ਬਾਬੇ ਨੇ ਉਹਨਾਂ ਨੂੰ ਲਾਂਭੇ ਕਰਕੇ ਕਿਸੇ ਅੰਨੇ ਬੋਲੇ ਬੰਦੇ ਵੀ ਹੋਣ ਉਹਨਾਂ 'ਤੇ ਵੀ ਸਿਰ 'ਤੇ ਹੱਥ ਧਰ ਕੇ ਆਜ਼ਾਦੀ ਦਾ ਜਿਹੜਾ ਲੜਾਈ ਆ ਉਹਨਾਂ ਨੇ ਸਿਰੇ ਚੜ੍ਹ ਦੇਣੀ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਬਾਬਾ ਜੈਕ ਸਿੰਘ ਜੀ ਤੁਸੀਂ ਆਪਣਾ ਜਿਹੜਾ ਸਟੈਂਡ ਕਲੀਅਰ ਕੀਤਾ ਹੈ ਕਿ ਇਹ ਜੰਗ ਜਿਹੜੀ ਹੈ ਕਿਸੇ ਇਕੱਲੇ ਦੀ ਜੰਗ ਨਹੀਂ ਹੈ ਇਹ ਪੰਥ ਦੀ ਜੰਗ ਹੈ ਇਹ ਪੰਜਾਬ ਦੀ ਜੰਗ ਹੈ ਇਹ ਨੌਜਵਾਨਾਂ ਦੀ ਜੰਗ ਹੈ ਨਾ ਤਾਂ ਇਹ ਕਿਸੇ ਦੇ ਅੰਦਰ ਆਇਆ ਰੁਕਣੀ ਹੈ ਨਾ ਕਿਸੇ ਦੇ ਬਾਹਰ ਗਿਆ ਰੁਕਣੀ ਹੈ ਭਾਰਤ ਦੀ ਸਰਕਾਰ ਦੇ ਨਾਲ ਜੰਗ ਹੈ ਕਿਉਂ ਨਹੀਂ ਸਾਡੀਆਂ ਤੋਪਾਂ ਉਹਨਾਂ ਵੱਲ ਹੁੰਦੀਆਂ ਕਿਉਂ ਨਹੀਂ ਅਸੀਂ ਭਾਰਤ ਦੀ ਸਰਕਾਰ ਦੇ ਖਿਲਾਫ ਇੱਕ ਵੀ ਸ਼ਬਦ ਬੋਲਿਆ ਕਿਉਂ ਨਹੀਂ ਅਸੀਂ ਭਾਰਤ ਦੀ ਸਰਕਾਰ ਦੇ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਬੋਲੇ ਕਿਉਂ ਨਹੀਂ ਅਸੀਂ 1.5 ਲੱਖ ਨੌਜਵਾਨਾਂ ਦੇ ਉਹਨਾਂ ਕਤਲਾਂ ਬਾਰੇ ਬੋਲੇ ਕਿਉਂ ਨਹੀਂ ਅਸੀਂ 1984 ਦੇ ਵਿੱਚ ਸਾਡੇ ਦਰਬਾਰ ਸਾਹਿਬ ਤੇ ਕੀਤੇ ਹਮਲੇ ਦੇ ਉੱਤੇ ਬੋਲੇ ਕਿਉਂ ਨਹੀਂ ਅਸੀਂ ਦਿੱਲੀ ਦੇ ਵਿੱਚ ਕੀਤੇ ਗਏ ਸਾਡੇ ਕਤਲੇਆਮ ਦੇ ਬੋਲੇ ਕਿਉਂ ਨਹੀਂ ਅੱਜ ਜਦੋਂ ਦਿੱਲੀ ਦੇ ਕਾਲੇ ਕਾਨੂੰਨਾਂ ਨੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਖੋਹ ਲਈਆਂ ਨੇ ਨੌਜਵਾਨ ਡਰੱਗ ਦੇ ਨਾਲ ਮਾਰ ਦਿੱਤੇ ਨੇ ਅਸੀਂ ਆਪਣੀਆਂ ਤੋਪਾਂ ਜਿਹੜੀਆਂ ਨੇ ਉਹ ਦਿੱਲੀ ਵੱਲ ਨੂੰ ਕਰੀਏ ਪੰਜਾਬ ਦੀ ਜੰਗ ਦਿੱਲੀ ਦੇ ਨਾਲ ਹੈ ਅੱਜ ਜਿਹੜੀ ਲਕੀਰ ਖਿੱਚ ਦਿੱਤੀ ਗਈ ਹੈ ਸਿੱਖ ਫਾਰ ਜਸਟਿਸ ਹਮੇਸ਼ਾ ਇਹੀ ਗੱਲ ਤੇ ਪਹਿਰਾ ਦਿੰਦੀ ਹੈ ਕਿ ਨਾ ਸਾਡੇ ਕਿਸੇ ਪੰਜਾਬੀ ਦੇ ਨਾਲ ਦੁਸ਼ਮਣੀ ਹੈ ਨਾ ਕਿਸੇ ਪੰਜਾਬੀ ਦੇ ਨਾਲ ਵੈਰ ਹੈ ਨਾ ਕਿਸੇ ਪੰਜਾਬੀ ਖਾਲਿਸਤਾਨੀ ਧਿਰ ਦੇ ਨਾਲ ਸਾਡਾ ਝਗੜਾ ਹੈ ਲੱਖ ਸਾਡੇ ਬਾਰੇ ਤੁਸੀਂ ਕਹਿ ਲਓ ਬੋਲ ਲਓ ਰੱਖ ਲਓ ਅਸੀਂ ਸਾਡੀ ਜੰਗ ਸਿੱਧੀ ਤੇ ਸਿੱਧੀ ਦਿੱਲੀ ਦੇ ਨਾਲ ਹੈ ਕਿਉਂਕਿ ਦਿੱਲੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ ਦਿੱਲੀ ਨੇ ਸਾਡਾ ਤਖ਼ਤ ਢਾਇਆ ਹੈ ਦਿੱਲੀ ਨੇ ਸਾਡੇ ਭਰਾਵਾਂ ਦੇ ਹਿੱਕਾਂ 'ਚ ਗੋਲੀਆਂ ਮਾਰੀਆਂ ਨੇ ਦਿੱਲੀ ਨੇ ਸਾਡੇ ਭਰਾਵਾਂ ਦੀਆਂ ਅੱਜ ਜ਼ਮੀਨਾਂ ਖੋਲੀਆਂ ਹੈ ਸੋ ਤੁਸੀਂ ਕੰਮ ਕਰਨਾ ਹੈ ਨੌਜਵਾਨੋ ਪੰਜਾਬ ਦੀ ਆਜ਼ਾਦੀ ਦੇ ਲਈ ਤੁਸੀਂ ਬਣਨਾ ਹੈ ਅੰਬੈਸਡਰ ਕਿਸੇ ਸਮੇਂ ਜੰਗ ਸੀ ਹਥਿਆਰਾਂ ਦੀ ਕਿਸੇ ਸਮੇਂ ਜੰਗ ਸੀ ਤੋਪਾਂ ਦੀ ਕਿਸੇ ਸਮੇਂ ਜੰਗ ਸੀ ਹੱਥੋਂ ਹੱਥੀ ਜੰਗ ਲੜਾਈ ਦੀ ਅੱਜ ਜੰਗ ਹੈ ਦਿਮਾਗ ਦੀ ਅੱਜ ਜੰਗ ਹੈ ਕਲਮਾਂ ਦੀ ਅੱਜ ਜੰਗ ਹੈ ਵੋਟ ਦੀ ਤੇ ਤੁਸੀਂ ਕਰਾਉਣੀਆਂ ਨੇ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਵੋਟਾਂ ਰਜਿਸਟ੍ਰੇਸ਼ਨ ਆਪਣੇ ਕੰਮ ਤੇ ਫੋਕਸ ਰੱਖਣਾ ਹੈ ਇੱਕ ਗੱਲ ਯਾਦ ਰੱਖਿਓ
दिशा तो भटकिया होया दो बेड़िया का सवार कभी पार नहीं जे लगता हुंदा। ताड़ी बेड़ी इको एक होनी चाहिए है कि चढ़ के बेड़ी असी नहर दरिया पार करना है जां असी तारी लाउणी है चुभी मारनी है ते दरिया दे परले बने निकलना है। निशाना साडा आजादी होना चाहिए है। उस बेड़ी नूं असी तुहाडे जिहड़ा सामने रख दिता है। बेड़ी है वोटां, बेड़ी है रेफरेंडम। यह ओहो जिहा पत्थर तुसी गढ़ोगे हिंदुस्तान की हिक दे विच जिहड़ा तुहानूं आजादी दवावेगा। सो नौजवानों चक लो अज कलमा, तुसी चक लो वोटां वाले फार्म, चक लो किसानां वाले फार्म। जिथे जिथे पंजाब दे विच धरना लगा है तुसी वोटां वाले फार्म वंडने ने, जिथे जिथे पंजाब दे विच कातल तिरंगा लगा है तुसी खालिस्तान का झंडा उहदे सामने बराबर ते गड़ देना है। पंजाब दे विच, पंजाब देश दे विच दूसरे मुल्क का झंडा नहीं जे रहना चाहिए। पंजाब देश दे विच पंजाब देश का नाम होना चाहिए है। ये भारत हिंदुस्तान जमना पार वसना चाहिए है। जिन्ने राजनीतिक लीडर, जिन्निया राजनीतिक पार्टियां, जिन्निया किसान जथेबंदियां दे आगू अज तुहाडी पिठ दे विच खंजर मार चुके ने, आओ रल के पंजाब नू आजाद करवा लेंगे। जे अपने बच्चों का भविख संवारना है, जे मुलाजमान ने अपना भविख जिहड़ा आउण वाला वह संवारना है, जे अपने नौजवान बच्चे ते बच्चियां नू ड्रग कोलों बचाउणा है, जे अपनियां बच्चियां दी इज्जत जिहड़ी उहदी राखी करनी है, ते अज सानू साहिब श्री गुरु ग्रंथ साहिब दा ओट आसरा लैके अपनी जंग जिहड़ी है इक्को मकसद दे लई ला देनी चाहीदी है कि गुलामी दीआं जंजीरां तोड़नियां ने। संत बाबा जरनैल सिंह दे आखरी जिहड़े बोल हुंदे सी, याद करो, मैं शरीरक मौत नू मौत नहीं मन्नदा पर जमीरां दा मर जाणा यकीनन मौत है। अज जे नौजवानों ने वाग दौड़ संभाली है, अज मोर्चे लाए ने, अज ट्रेना रोक दित्तियां ने, ते अगला काम हुण तुसी स्टैप पुट लेना है, वोटां दी रजिस्ट्रेशन करवानी है। साढ़े नाल जुड़े सी बाबा जग सिंह जी, उन्होंने बड़े ही विस्तार दे नाल इस प्रोग्राम नूं तुसी बार बार देखना है कि बड़े ही तत्थां दे आधार ते जिहड़ी गलबात की गई है पंजाब की आज़ादी की, इस नूं तुसी वध तों वध शेयर भी करना है। असी माफ़ी चाहते हैं तुहाडियां कालां नहीं लईआं गईआं, शाम के प्रोग्राम खबरदार पंजाब दे विच असी तुहाडियां जिहड़ियां कालां आ उपर रखांगे, तुहाडे विचार जाणांगे, पर अपनियां तोपां जिहड़ियां तुसी दिल्ली वार रखणियां, मकसद वार रखणियां, वोटां दी रजिस्ट्रेशन किंदा करवाउणी है, फार्म किंदा भराउणे ने, अंबैसडर कित्थे बनना ने, इस ते तुसी केंद्रित रखणी है। तुसी देख रहे सी सिख फॉर जस्टिस लाइव दे उत्ते प्रोग्राम आजादी हाल, बिक्रमजीत सिंह ते बाबा जग सिंह जी दे नाल। वाहिगुरु जी का खालसा, वाहिगुरु जी की फतेह।